ਹਾਂਜੀ ਹੁਣ ਮੈਂ ਪਾਵਾਂਗੀ ਇਹ ਚ ਜੀਰਾ ਧਨੀਆ ਕਲੌਂਜੀ ਤੇ ਰਾਈ ਮੇਥੇ ਲਸਣ ਅੱਧਾ ਪਿਆਜ ਭੁੰਨੇ ਗਏ ਤੇ ਹੁਣ ਆਪਾਂ ਟਮਾਟਰ ਪਾਵਾਂਗੇ ਹੁਣ ਹਲਦੀ ਤੇ ਲੂਣ ਪਾਵਾਂਗੇ ਹਰੀ ਮਿਰਚ ਹੁਣ ਆਲੂ ਪਾਉਂਗੀ ਮੈਂ ਬੇਸਣਾ ਦਹੀਂ ਚ ਘੋਲਿਆ ਹੋਇਆ ਵਾ ਹੁਣ ਇਹ ਪਾਵਾਂਗੇ ਆਪਾਂ ਹਾਂਜੀ ਚਾਹੇ ਚਾਹੋ ਤਾਂ ਲੱਸੀ 'ਚ ਵੀ ਘੋਲ ਸਕਦੇ ਹੋ ਅਤੇ ਨਾ ਲੱਸੀ ਹੋਵੇ ਤਾਂ ਆਪਾਂ ਦਹੀਂ ਲੈ ਸਕਦੇ ਹਾਂ ਅਤੇ ਮੈਂ ਦਹੀਂ ਵਿੱਚ ਘੋਲਿਆ ਵਾ ਅਤੇ ਆਲੂ ਬਣ ਗਏ ਆਪਣੇ ਅਤੇ ਆਪਣੇ ਪਾਵਾਂਗੇ ਪਾਣੀ ਪਾਵਾਂਗੇ ਅੱਧੇ ਘੰਟੇ ਲਈ ਲਿਜਾਵਾਂਗੇ ਪੀਸ ਮਾਰ ਕੇ ਬੇਸਣ ਆਏਗਾ ਮਟਰ ਪਾਵਾਂਗੇ ਜੀ ਇੰਨੇ ਮੈਂ ਧਨੀਆ ਸਮਾਰਦੀ ਜਦੋਂ ਤੱਕ ਬਣੂਗੀ ਵਧੀਆ ਹੁੰਦੀਆਂ ਸਾਡੀ ਕੜੀ ਬਣ ਕੇ ਤਿਆਰ ਆ
ਚੰਗੀ ਆ ਇਹ ਵਿੱਚ ਪਤਾ ਨਹੀਂ ਮੈਂ ਪਾਉਂ ਜੀ ਹੁਣ ਆਪਾਂ ਚੌਲ ਬਣਾਵਾਂਗੇ ਅਤੇ ਆਹ ਫਰਾਈ ਪੈਨ ਰੱਖ ਰਹੀ ਹਾਂ ਹਾਂਜੀ ਹੁਣ ਮੈਂ ਭਿਉਂ ਕੇ ਰੱਖੇ ਹੋਏ ਆ ਧੋ ਕੇ ਭਿਉਂਦੇ ਸੀਗੇ ਅਤੇ ਹੁਣ ਮੈਂ ਸਿੰਪਲ ਚੌਲ ਬਣਾਵਾਂਗੀ ਇਹਨੂੰ 5 ਮਿੰਟ ਤੱਕ ਪਕਾਵਾਂਗੇ ਅਤੇ ਚੰਗੀ ਤਰ੍ਹਾਂ ਇਹਨੂੰ ਢਕਾਂਗੇ ਕੜਛੀ ਫੇਰਦੇ ਰਹਾਂਗੇ ਥੱਲੇ ਨਾ ਲੱਗੇ ਰਹਿਣ ਕੋਈ ਚੌਲ ਬਣ ਗਏ ਆ ਤਿਆਰ ਨੇ ਇਹ ਹੁਣ ਅਸੀਂ ਇਹਨੂੰ ਲਾ ਦਾਂਗੇ ਲਾ ਕੇ ਤਾਂ ਤਰ ਥੱਲੇ ਪਾਣੀ ਪਾਵਾਂਗੇ ਪਕਾਵਾਂਗੇ ਤਾਂ ਕਿ ਆਲੂ ਬਣ ਜਾਣ ਮੈਂ ਬੇਸਣ ਦਹੀਂ 'ਚ ਘੋਲ ਲਿਆ ਹੋਇਆ ਵਾ ਹੁਣ ਇਹ ਪਾਵਾਂਗੇ ਆਪਾਂ ਜੀ ਚਾਹੇ ਚਾਹੋ ਤਾਂ ਲੱਸੀ 'ਚ ਵੀ ਘੋਲ ਸਕਦੇ ਹੋ ਅਤੇ ਨਾ ਲੱਸੀ ਹੋਵੇ ਤਾਂ ਆਪਾਂ ਦਹੀਂ ਲੈ ਸਕਦੇ ਹਾਂ ਅਤੇ ਮੈਂ ਦਹੀਂ ਵਿੱਚ ਘੋਲਿਆ ਵਾ ਅਤੇ ਆਲੂ ਬਣ ਗਏ ਆਪਣੇ ਅਤੇ ਆਪਾਂ ਇਹ ਪਾਵਾਂਗੇ ਪਾਣੀ ਪਾਵਾਂਗੇ ਹੁਣ ਇਹਨੂੰ ਅੱਧੇ ਘੰਟੇ ਲਈ ਲਿਜਾਵਾਂਗੇ ਪੀਸ ਮਾਰ ਕੇ ਬੇਸਣ ਆਏਗਾ ਮਟਰ ਪਾਵਾਂਗੇ ਜੀ ਇੰਨੇ ਮੈਂ ਧਨੀਆ ਸਮਾਰਦੀ ਹਾਂ ਜਦੋਂ ਤੱਕ ਬਣੂਗੀ ਵਧੀਆ ਹੁੰਦੀਆਂ ਸਾਡੀ ਕੜੀ ਬਣ ਕੇ ਤਿਆਰ ਆ ਦੇਖੋ ਬਣ ਗਈ ਆ ਇਹਦੇ ਵਿੱਚ ਪਤਾ ਨਹੀਂ ਮੈਂ ਪਾਉਂਗੀ
ਹੁਣ ਆਪਾਂ ਚੌਲ ਬਣਾਵਾਂਗੇ ਤੇ ਆ ਫਾਈ ਪੈਨ ਰੱਖ ਰਹੀ ਹਾਂ ਹਾਂਜੀ ਹੁਣ ਮੈਂ ਭਿਉਂ ਕੇ ਰੱਖੇ ਹੋਏ ਆ ਧੋ ਕੇ ਭਿਉਂਦੇ ਸੀਗੇ ਤੇ ਹੁਣ ਮੈਂ ਸਿੰਪਲ ਚੌਲ ਬਣਾਵਾਂਗੀ